ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਮ ਤੋਂ ਅੱਜ ਅਸੀਂ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਮਾਲਕਪੁਰ ਪਿੰਡ ਵਿੱਚ ਪਹੁੰਚੇ ਹਾਂ ਜਿੱਥੇ ਕਿ ਉੱਥੇ ਦੇ ਸਰਪੰਚ ਸਾਹਿਬਾ ਇੱਕ ਮਹਿਲਾ ਹੈ ਜਿਨ੍ਹਾਂ ਨੇ ਪਿੰਡ ਦੀ ਜਿਹੜੀ ਨੁਹਾਰ ਹੈ ਉਹ ਬਹੁਤ ਚੇਂਜ ਕਰਤੀ ਹੈ ਅਤੇ ਆਪਣੇ ਇਲਾਕੇ 'ਚ ਨਹੀਂ ਪੂਰੇ ਆਪਣੇ ਪੰਜਾਬ ਵਿੱਚ ਬਹੁਤ ਪੱਧਰ 'ਤੇ ਉਹਨਾਂ ਨੇ ਉੱਚੇ ਮੱਲਾਂ ਮਾਰੀਆਂ ਜਿਵੇਂ ਕਿ ਤੁਸੀਂ ਆਪਾਂ ਤੁਹਾਨੂੰ ਅਸੀਂ ਵੀਡੀਓ 'ਚ ਦਿਖਾਵਾਂਗੇ ਪਿੰਡ ਦੇ ਸਾਰੇ ਪਿੰਡ ਵਿੱਚ CCTV ਕੈਮਰੇ ਲੱਗੇ ਹੋਏ ਨੇ ਅਤੇ ਪਿੰਡ ਦੀ ਫਿਰਨੀ ਉੱਤੇ ਗੇਟ ਲਾ ਕੇ ਤਾਲਾਬੰਦੀ ਹੁੰਦੀ ਹੈ ਅਤੇ ਜਿਵੇਂ ਕਿ ਪੂਰਾ ਜੇ ਪਿੰਡ ਕਵਰ ਕਰਨਾ ਹੋਵੇ ਉੱਥੇ ਤਾਲਾਬੰਦੀ ਕੀਤੀ ਜਾਂਦੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਸਾਡੇ ਪਿੱਛੇ ਅਸੀਂ ਮਾਲਕਪੁਰ ਦੇ ਖੜ੍ਹੇ ਹਾਂ ਜਿੱਥੇ ਕਿ ਬੈਠਣ ਵਾਸਤੇ ਬੱਸ ਸਟੈਂਡ ਬਣਾਇਆ ਗਿਆ ਅਤੇ ਕਿੰਨਾ ਪਿਆਰਾ ਜਿਹੜਾ ਬੱਸ ਸਟੈਂਡ ਹੈ ਔਰ ਪਿੰਡ ਦੇ ਜਿਹੜੇ ਐਂਟਰੀ ਹੈ ਉਹ ਵੀ ਕਿੰਨੀ ਸਾਫ਼ ਸੁਥਰੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਬਕਾਇਦਾ ਉਰੇ ਬੂਟੇ ਜਿਹੜੇ ਲਗਾਏ ਗਏ ਨੇ ਅਤੇ ਉਸ ਤੋਂ ਜੇ ਆਪਾਂ ਇਲਾਵਾ ਗੱਲ ਕਰੀਏ ਆਪਣੇ ਸਾਫ਼ ਸਫਾਈ ਦੀ ਅਤੇ ਸਾਫ਼ ਸਫਾਈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਹੜੀ ਵਧੀਆ ਸਾਫ਼ ਸਫਾਈ ਦੇਖਣ ਨੂੰ ਮਿਲ ਰਹੀ ਹੈ ਅਤੇ ਆਪਾਂ ਸਰਪੰਚ ਸਾਹਿਬ ਨੇ ਵੀ ਤੁਹਾਨੂੰ ਗੱਲ ਕਰਾਵਾਂਗੇ। ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਿਰਪਾਲ ਸਿੰਘ ਜੀ ਸਟਾਰ ਟੀਮ ਤੋਂ ਅਤੇ ਅੱਜ ਅਸੀਂ ਰੋਪੜ ਸ਼ਹਿਰ ਦੇ ਇੱਕ ਬਹੁਤ ਹੀ ਆਲੀਸ਼ਾਨ ਪਿੰਡ ਵਿੱਚ ਪਹੁੰਚੇ ਹਾਂ ਜਿਹਦਾ ਨਾਮ ਹੈਗਾ ਮਾਲਕਪੁਰ ਅਤੇ ਮਾਲਕਪੁਰ ਦੇ ਸਾਡੇ ਨਾਲ ਸਰਪੰਚ ਸਾਹਿਬਾ ਮੌਜੂਦ ਹੈ ਜੀ ਅਤੇ ਅਸੀਂ ਤੁਹਾਨੂੰ ਪਿੰਡ ਦੀ ਝਲਕ ਵੀ ਥੋੜ੍ਹੀ ਜਿਹੀ ਦਿਖਾਈ ਹੈ ਜਿਹਦੇ ਵਿੱਚ ਜਿਵੇਂ ਕਿ ਡਿਸਪੈਂਸਰੀ ਹੈ ਗੇਟ ਲੱਗੇ ਹੋਏ ਹੈ ਸ਼ੀਸ਼ੇ ਜਿਹੜੇ ਲੱਗੇ ਹੋਏ ਹੈ ਉਹ ਸਾਫ਼ ਸਫਾਈ ਹੈ ਔਰ ਪਿੰਡ ਦੀ ਜਿਹੜੀ ਫਿਰਨੀ ਹੈ ਉਹ ਸਾਰੀ ਪੱਕੀ ਹੋਈ ਹੈ ਗਲੀਆਂ ਜਿਹੜੀ ਟਾਇਲਿੰਗ ਲੱਗੀਆਂ ਹੋਈਆਂ ਅਤੇ ਇਹ ਤਾਂ ਅਸੀਂ ਤੁਹਾਨੂੰ ਕੈਮਰੇ ਰਾਹੀਂ ਦਿਖਾ ਵੀ ਦੇਵਾਂਗੇ। ਹੁਣ ਅਸੀਂ ਰੂਬਰੂ ਕਰਾਵਾਂਗੇ ਤੁਹਾਨੂੰ ਸਰਪੰਚ ਸਾਹਿਬ ਨਾਲ। ਭੈਣ ਜੀ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਭੈਣ ਜੀ ਜੇ ਭਾਅ ਜੀ ਗੱਲ ਕਰੀਏ ਤੁਸੀਂ ਇਸ ਸਰਪੰਚ ਸਾਹਿਬ ਐਜ਼ ਹੋਣ ਦੇ ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਬਣੇ ਹੋਏ? 2.5 ਕੁ ਸਾਲ ਹੋ ਗਏ ਜੀ ਮੈਨੂੰ ਪਿੰਡ ਵਿੱਚ ਸਰਪੰਚ ਬਣੇ ਨੂੰ ਅਤੇ ਮੈਨੂੰ ਪੂਰੇ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਵਜੋਂ ਚੁਣਿਆ ਸੀ ਜੀ। ਜੇ ਆਪਾਂ ਗੱਲ ਕਰੀਏ ਜੀ ਇਸ ਟਾਈਮ ਤੁਸੀਂ ਪਿੰਡ ਦੇ ਉੱਪਰ ਕਿੰਨੇ ਕੁ ਖਰਚਾ ਕਰ ਚੁੱਕੇ ਹੋ? ਸਾਡਾ ਇਸ ਟਾਈਮ ਜੀ 40-50 ਦੇ ਨੇੜੇ ਤੇੜੇ ਸਾਡਾ ਖਰਚਾ ਹੋ ਚੁੱਕਿਆ ਜੀ। 40-50 ਲੱਖ ਦੇ ਰੁਪਏ? ਹਾਂਜੀ। ਅਤੇ ਇਹਦੇ ਵਿੱਚ ਅਸੀਂ ਜੀ ਇੱਕ ਜਿੰਮ ਤਿਆਰ ਕੀਤੀ ਹੈ ਆਪਣੇ ਮਾਡਰਨ ਜਿੰਮ ਬਣਾਈ ਹੈ ਜੀ ਆਪਣੇ ਪਿੰਡ ਅਤੇ ਇੱਕ ਲਾਇਬ੍ਰੇਰੀ ਤਿਆਰ ਕੀਤੀ ਹੈ ਜੀ ਇੱਕ ਕਮਿਊਨਿਟੀ ਸੈਂਟਰ ਤਿਆਰ ਕੀਤਾ ਪੰਚਾਇਤ ਘਰ ਬਣਾਇਆ ਹੈ ਸੋਲਿਡ ਵੇਸਟ ਹੈ ਜੋ ਤਿਆਰ ਹੋ ਰਿਹਾ ਤਕਰੀਬਨ ਤਿਆਰ ਹੋ ਚੁੱਕਿਆ ਹੁਣ ਅਸੀਂ ਸਟਾਰਟ ਕਰ ਦੇਣਾ ਨੈਕਸਟ ਮੰਥ ਉਹਨੂੰ ਅਤੇ ਇਸ ਤੋਂ ਇਲਾਵਾ ਅਸੀਂ ਕੈਮਰੇ ਲਗਵਾਏ 94 ਕੈਮਰਾਸ ਲਗਵਾਏ ਆਪਣੇ ਪਿੰਡ ਵਿੱਚ ਅਤੇ ਲਾਈਟਾਂ ਲਗਵਾਈਆਂ ਹੈ ਬੈਂਚ ਰਖਵਾਏ ਹੈ ਅਤੇ ਇਸ ਤੋਂ ਇਲਾਵਾ ਅਸੀਂ ਜਿਹੜੇ ਮੇਨ ਗੇਟ ਹੈ ਸਾਡੇ ਐਂਟਰੀ ਗੇਟ ਹੈ ਪਿੰਡ ਦੇ ਉਹ ਮੇਨ ਅਸੀਂ 5 ਗੇਟ ਲਗਵਾਏ ਹੈ ਅਤੇ 4 ਪ੍ਰੋਪਰ ਅਸੀਂ ਬੰਦ ਰੱਖਦੇ ਹਾਂ ਕਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ 1 ਗੇਟ ਹੈ ਜੋ ਸਾਡਾ ਉਹ ਖੁੱਲ੍ਹਾ ਰਹਿੰਦਾ ਹੈ ਜੀ। ਮਤਲਬ ਜਿਹੜੇ ਤੁਹਾਡੇ ਪਿੰਡ ਦੀ ਐਂਟਰੀ ਹੈ ਉਹ 5 ਗੇਟ ਹੈ ਜਿਨ੍ਹਾਂ ਵਿੱਚੋਂ ਤੁਸੀਂ 4 ਬੰਦ ਕੀਤੇ ਹੋਏ ਆ ਇੱਕ ਐਂਟਰੀ ਜਿਹੜੀ ਉਹ ਤੁਹਾਡੀ ਖੁੱਲ੍ਹੀ ਹੋਈ ਹੈ? ਹਾਂਜੀ ਉਹ 1 ਐਂਟਰੀ ਖੁੱਲ੍ਹੀ ਹੋਈ ਹੈ ਅਤੇ ਅਸੀਂ ਉੱਥੇ ਪ੍ਰੋਪਰ ਸਰਕਾਰ ਦੀਆਂ ਹਦਾਇਤਾਂ ਦੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਪਹਿਰਾ ਲਗਾਇਆ ਹੋਇਆ ਹੈ ਅਤੇ ਜਿਹਦੇ ਵਿੱਚ ਉੱਥੇ ਸਾਡੇ 5 ਸਾਹਿਬਾਨ ਅਤੇ ਪਿੰਡ ਦੇ ਜਿਹੜੇ ਮੁੰਡੇ ਨੌਜਵਾਨ ਮੁੰਡੇ ਉਹਨਾਂ ਦੀਆਂ ਡਿਊਟੀਆਂ ਲਗਵਾਈਆਂ ਹੋਈਆਂ ਹੈ ਜਿਹਦੇ ਵਿੱਚੋਂ ਕੋਈ ਵੀ ਪਿੰਡ ਦਾ ਆਉਣ ਜਾਣ ਵਾਲਾ ਬੰਦਾ ਹੈ ਤਾਂ ਉਹਨਾਂ ਦਾ ਪ੍ਰੋਪਰ ਰਿਕਾਰਡ ਰੱਖਿਆ ਜਾਂਦਾ ਹੈ ਅਤੇ ਇੱਕ ਰਜਿਸਟਰ ਮੈਂਟੇਨ ਕੀਤਾ ਹੋਇਆ ਹੈ। ਅਤੇ ਜੇ ਗੱਲ ਕਰੀਏ ਤੁਸੀਂ ਇੰਨਾ ਮੈਂਟੇਨ ਪਿੰਡ ਨੂੰ ਕੀਤਾ ਹੋਇਆ ਤਾਂ ਤੁਹਾਨੂੰ ਅਵਾਰਡ ਉਹ ਜ਼ਰੂਰ ਮਿਲਿਆ ਹੋਏਗਾ? ਹਾਂਜੀ ਮੈਨੂੰ ਸਰ 3 ਅਵਾਰਡ ਮਿਲ ਚੁੱਕੇ ਹੈ ਜੀ ਹੁਣ ਤੱਕ ਇੱਕ ਤਾਂ ਮੈਨੂੰ 26 ਜਨਵਰੀ ਨੂੰ ਅਵਾਰਡ ਮਿਲਿਆ ਸੀ ਉਸ ਤੋਂ ਬਾਅਦ ਜੀ ਕਰੋਨਾ ਵਿੱਚ ਸਭ ਤੋਂ ਵਧੀਆ ਪੰਚਾਇਤ ਜੋ ਕਾਰਗੁਜ਼ਾਰੀ ਵਾਸਤੇ ਮੈਨੂੰ DC ਮੈਡਮ ਸੋਨਾਲੀ ਗਿਰੀ ਤੋਂ ਮੈਨੂੰ ਅਵਾਰਡ ਮਿਲਿਆ ਉਸ ਤੋਂ ਬਾਅਦ ADC ਮੈਮ ਨੇ ਮੈਨੂੰ ਪੂਰੇ ਰੋਪੜ ਜ਼ਿਲ੍ਹੇ 'ਚੋਂ 8 ਮਾਰਚ ਨੂੰ ਜੋ ਵੂਮੈਨ ਡੇ 'ਤੇ ਮੈਨੂੰ ਵਧੀਆ ਸਰਪੰਚ ਹੋਣ ਦਾ ਮਾਣ ਬਖਸ਼ਿਆ ਸੀ ਜੀ। ਅਤੇ ਇਹੋ ਜਿਹੀ ਭੈਣ ਜੀ ਸਾਡੇ ਨਾਲ ਅਸੀਂ ਪਿੰਡ ਦੇ ਇਹ ਸਾਰੇ ਪੰਚਾਇਤ ਮੈਂਬਰ ਜਿਹੜੇ ਹੋਰ ਵੀ ਇਸ ਦੇਸ਼ ਅਤੇ ਵਿਦੇਸ਼ ਵਿੱਚ ਸਾਡੇ ਪੰਜਾਬ 'ਚ ਵੀ ਜਿਨ੍ਹਾਂ ਨੇ ਵੀਡੀਓ ਦੇਖਣੀ ਹੈ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਇਹ ਸੇਧ ਹੈ ਵੀ 2.5 ਸਾਲ ਵਿੱਚ ਪਿੰਡ ਦਾ ਜਿਹੜਾ ਪੂਰਾ ਨਕਸ਼ਾ ਚੇਂਜ ਕਰਨਾ ਇਹ ਬਹੁਤ ਘੱਟ ਸਮੇਂ ਵਿੱਚ ਬਹੁਤ ਵੱਡੀ ਉਪਲਬਧੀ ਹੈ ਜਿਵੇਂ ਕਿ ਭੈਣ ਜੀ ਹੁਣਾਂ ਨੇ ਦੱਸਿਆ ਇਹ 2.5 ਸਾਲ ਦੇ ਵਿੱਚ ਹੀ ਇਹਨਾਂ ਨੇ ਇੰਨੇ ਕੈਮਰੇ ਲਗਾਏ ਆ ਸੜਕਾਂ ਮੇਨਟੇਨ ਕੀਤੀਆਂ ਹੋਈਆਂ ਗਲੀਆਂ ਮੇਨਟੇਨ ਕੀਤੀਆਂ ਹੋਈਆਂ ਅਤੇ ਅਵਾਰਡ ਵੀ ਦੇਖੋ 3 ਅਵਾਰਡ ਇਹਨਾਂ ਨੂੰ ਮਿਲ ਚੁੱਕੇ ਆ ਇਸ ਟਾਈਮ ਹਜੇ ਮਤਲਬ ਅਜੇ ਆ ਰਹੇ ਹੋਰ ਇਹਨਾਂ ਦਾ ਟਾਈਮ ਹਜੇ ਪਿਆ ਹੈ ਅਤੇ ਮੈਡਮ ਅੱਗੇ ਤੁਹਾਡਾ ਕੀ ਅੱਗੇ ਜਿਹੜਾ ਸੋਚਣੀ ਅੱਗੇ ਵੀ ਪਿੰਡ ਵਾਸਤੇ ਕੀ ਕਰੂੰਗੇ? ਹਾਂਜੀ ਅੱਗੇ ਅਸੀਂ ਜਿਹੜਾ ਅਸੀਂ ਕਮਿਊਨਿਟੀ ਸੈਂਟਰ ਤਿਆਰ ਕੀਤਾ ਸਰ ਉਹਦੇ ਵਾਸਤੇ ਅਸੀਂ ਸਾਡਾ ਪਰਪਸ ਹੈ ਵੀ ਜਿਹੜਾ ਅਸੀਂ ਬਾਹਰ ਇੱਕ ਪੈਲੇਸ ਦੀ ਤਰ੍ਹਾਂ ਉਹਨੂੰ ਬਣਾ ਦਈਏ ਤਾਂ ਕਿ ਜੋ ਪਿੰਡ ਵਿੱਚ ਕੋਈ ਵੀ ਵਿਆਹ ਸ਼ਾਦੀ ਕਰਦਾ ਹੈ ਤਾਂ ਕਿਸੇ ਨੂੰ ਕੋਈ ਬਾਹਰ ਖਰਚਾ ਕਰਨ ਦੀ ਕੋਈ ਦਿੱਕਤ ਨਾ ਹੋਵੇ ਆਪਣੇ ਪਿੰਡ ਵਿੱਚ ਹੀ ਘੱਟ ਖਰਚੇ 'ਚ ਕਰ ਲਵੇ ਜੀ
ਇਸ ਇਹ ਵੀ ਬਹੁਤ ਵੱਡੀ ਇੱਕ ਗੱਲ ਨਿਕਲ ਕੇ ਆਈ ਹੈ ਵੀ ਪਿੰਡ ਦੀ ਜਿਹੜੀ ਸਰਪੰਚ ਸਾਹਿਬ ਦੀ ਜਿਹੜੀ ਸੋਚਣੀ ਹੈ ਵੀ ਜਿਵੇਂ ਕਿ ਆਪਾਂ ਪੈਲਸਾਂ ਵਿੱਚ ਜਾਂਦੇ ਹਾਂ ਜਾਂ ਹੋਟਲਾਂ 'ਚ ਜਾਂਦੇ ਹਾਂ, ਕੋਈ ਵੀ ਛੋਟਾ ਜਾਂ ਵੱਡਾ ਪ੍ਰੋਗਰਾਮ ਵਾਸਤੇ ਅਸੀਂ ਬਾਹਰ ਜਾਂਦੇ ਹਾਂ, ਸਾਨੂੰ ਇੱਕ ਤਾਂ ਜਾਣ ਆਉਣ ਦੀ ਟਰਾਂਸਪੋਰਟ ਜਿਹੜਾ ਖਰਚਾ ਹੈ ਉਹ ਵੀ ਇਹਨਾਂ ਦਾ ਬਚੇਗਾ, ਔਰ ਪਿੰਡ ਦੇ ਵਿੱਚ ਹੁੰਦੇ ਹੋਏ ਗੁਰਦੁਆਰਾ ਸਾਹਿਬ ਨੇੜੇ ਆਨੰਦ ਕਾਰਜ ਉੱਥੇ ਹੋ ਸਕਦੇ ਆ, ਖਾਣ ਪੀਣ ਵਾਸਤੇ ਉਹਨਾਂ ਨੇ ਬਹੁਤ ਹੀ ਵਧੀਆ ਜਿਹੜੀ ਬਿਲਡਿੰਗ ਹੈ, ਬਾਹਰ ਪਾਰਕ ਹੈ ਅਤੇ ਉੱਥੇ ਵੀ ਆਊਟਡੋਰ ਪ੍ਰੋਗਰਾਮ ਕਰ ਸਕਦੇ। ਇਸ ਤੋਂ ਇਲਾਵਾ ਸਰ ਜਿਹੜੀ ਅਸੀਂ ਲਾਇਬ੍ਰੇਰੀ ਹਜੇ ਉਹ ਤਿਆਰ ਹੋਈ ਹੈ ਅਤੇ ਉਹਦੇ ਵਾਸਤੇ ਅਸੀਂ ਪ੍ਰੋਪਰ ਉੱਥੇ ਬੁੱਕਸ ਵਗੈਰਾ ਜਿਵੇਂ ਬਜ਼ੁਰਗਾਂ ਵਾਸਤੇ ਨਿਊਜ਼ ਪੇਪਰ ਵਗੈਰਾ ਲਗਵਾਵਾਂਗੇ ਅਤੇ ਜੋ ਸਾਡੇ ਪਿੰਡ ਦੇ ਬੱਚੇ ਆ ਕੁਛ ਇੱਦਾਂ ਘਰ ਹੈਗੇ ਜਿਹੜੇ ਥੋੜ੍ਹੇ ਆਰਥਿਕ ਪੱਖੋਂ ਕਮਜ਼ੋਰ ਹੁੰਦੇ ਆ ਤਾਂ ਉਹਨਾਂ ਦੇ ਬੱਚੇ ਉੱਥੇ ਫਰੀ ਆਪਣੀ ਬੁੱਕਸ ਵਗੈਰਾ ਆਪਣੀ ਸਟੱਡੀ ਕਰ ਸਕੂੰਗੇ ਜੀ। ਅਤੇ ਇਸ ਤੋਂ ਇਲਾਵਾ ਸਾਡੇ ਜਿਹੜੇ ਹੋਰ ਕੁਛ ਰਹਿੰਦੇ ਕੰਮ ਹੈ ਜਿਵੇਂ ਸਾਡੀ ਪਾਈਪਲਾਈਨ ਵਗੈਰਾ ਉਹਦਾ ਕੰਮ ਚੱਲ ਰਿਹਾ ਹੈ ਜੀ, ਅਤੇ ਹੋਰ ਵੀ ਜਿਹੜੇ ਕੁਛ ਕੰਮ ਕੁਛ ਹੈਗੇ ਆ ਜੀ, ਕਾਫੀ ਕੰਮ ਸਾਡੇ ਹਜੇ ਪੈਂਡਿੰਗ ਪਏ ਆ, ਉਹ ਅਸੀਂ ਪ੍ਰੋਪਰ ਛੱਪੜ ਦਾ ਸਾਡਾ ਰਹਿ ਗਿਆ ਉਹਦਾ ਨਵੀਨੀਕਰਨ ਉਹ ਵੀ ਕਰਨਾ ਹੈ ਜੀ ਅਸੀਂ। ਹਾਂਜੀ ਸਰ, ਜੇ ਆਪਾਂ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੁਹਾਨੂੰ ਜਿਹੜਾ ਇਨਕਮ ਹੈ ਤੁਸੀਂ ਇੰਨੇ 40-45 ਲੱਖ ਲਾ ਚੁੱਕੇ ਆ, ਉਹ ਇਨਕਮ ਤੁਹਾਨੂੰ ਪਿੰਡ ਵਿੱਚੋਂ ਇਕੱਠੀ ਹੁੰਦੀ ਹੈ ਜਾਂ ਕਿਵੇਂ ਆ? ਨਹੀਂ ਪਿੰਡ 'ਚੋਂ ਵੀ ਸਰ, ਪਿੰਡ 'ਚੋਂ ਤਾਂ ਜਿਵੇਂ ਆਪਾਂ ਇੱਕ ਜਮਾਦਾਰ ਰੱਖਿਆ ਹੋਇਆ ਪ੍ਰੋਪਰ ਸਫਾਈ ਵਾਲਾ, ਤਾਂ ਉਹਦਾ ਜਿਹੜਾ ਉਹ ਹਰੇਕ ਮਹੀਨੇ ਹਰੇਕ ਘਰ 50 ਰੁਪਏ ਪਰ ਘਰ ਲਾਇਆ ਹੋਇਆ ਹੈ ਉਹ ਦਿੰਦੇ ਹੈ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਲਾਈਟਾਂ ਦਾ ਕੈਮਰਿਆਂ ਦਾ ਬਿੱਲ ਹੈ ਉਹ ਸਾਰਾ ਮੇਰੇ ਪਿੰਡ ਵਾਲੇ ਪੇ ਕਰਦੇ ਹੈ, ਪਰ ਇਸ ਤੋਂ ਇਲਾਵਾ ਸਾਨੂੰ ਜਿਹੜੀ ਸਾਡੀ ਸਰਕਾਰੀ ਜ਼ਮੀਨ ਹੈ ਉਸ ਤੋਂ ਆਮਦਨ ਵੀ ਹੈਗੀ ਆ, ਅਤੇ ਸਰਕਾਰ ਵੱਲੋਂ ਵੀ ਸਾਨੂੰ ਪੰਜਾਬ ਸਰਕਾਰ ਸੈਂਟਰ ਸਰਕਾਰ ਵੱਲੋਂ ਵੀ ਸਾਨੂੰ ਬਹੁਤ ਜ਼ਿਆਦਾ ਜਿਵੇਂ 14ਵੇਂ ਵਿੱਤ ਕਮਿਸ਼ਨ 15ਵੇਂ ਵਿੱਤ ਕਮਿਸ਼ਨ ਦੇ ਅਤੇ ਇਸ ਤੋਂ ਇਲਾਵਾ ਕੁਛ ਕੁ ਸਾਨੂੰ ਹੋਰ ਗਰਾਂਟਾਂ ਆਈਆਂ ਹੈ ਜਿਹੜੀਆਂ ਅਸੀਂ ਲਗਾ ਰਹੇ ਹਾਂ ਅਤੇ ਅੱਗੇ ਵੀ ਆਈਆਂ। ਜਿਵੇਂ ਕਿ ਤੁਸੀਂ ਦੇਖਿਆ ਇੱਕ ਮਹਿਲਾ ਹੋਣ ਦੇ ਨਾਤੇ ਫਿਰ ਇੱਕ ਸੋਚਣ ਦੀ ਵਿੱਚ ਸੀ ਵੀ ਮਹਿਲਾ ਸਿਰਫ ਕੁਛ ਘਰ ਦੇ ਕੰਮ ਕਰਨੇ ਜੋਗੇ ਹੀ ਹੁੰਦੀ ਹੈ, ਅਤੇ ਅੱਜ ਦੇਖੋ ਇੱਕ ਆਲਾ ਅਫਸਰ ਵੀ ਕਨੇ ਪੁਲਿਸ ਡਿਪਾਰਟਮੈਂਟ 'ਚ ਲਾ ਲਈਏ ਜਾਂ ਜਿਵੇਂ ਕਿ ਇਹਨਾਂ ਦੀ ਉਦਾਹਰਣ ਅਸੀਂ ਦਿੰਦੇ ਹੋਏ ਮੈਡਮ ਦੀ 2.5 ਸਾਲ ਦੀ ਜਿਹੜੀ ਕਾਰਜਗੁਜ਼ਾਰੀ ਤੁਹਾਨੂੰ ਦਿਖਾਉਂਦੇ ਹਾਂ, ਪੂਰੇ ਇਹਨਾਂ ਨੂੰ 3 ਅਵਾਰਡ ਮਿਲ ਚੁੱਕੇ ਆ, ਅਤੇ ਸਾਡੀ ਦੁਆ ਹੈ ਤੁਸੀਂ ਇਹਨਾਂ ਨੂੰ ਹੋਰ ਉੱਤੇ ਦਿਨ ਦੁੱਗਣੀ ਚੌਗਣੀ ਬਖਸ਼ਣੇ, ਇਹਨਾਂ ਦੀ ਸਿਹਤਾਂ ਜਿਹੜੀਆਂ ਉਹ ਕਾਮਯਾਬ ਬਖਸ਼ਣ, ਪਿੰਡ ਨੂੰ ਹੋਰ ਜਿਹੜੀ ਤਰੱਕੀ ਉਹ ਬਖਸ਼ੀ ਜਾਣ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਨਾਲ ਕਿਰਪਾਲ ਸਿੰਘ।